ਫੇਸਬੁੱਕ ਯੂਟਿਊਬ ਦੇਖ ਰਹੇ ਸਾਰੇ ਹੀ ਮੇਰੇ ਪਿਆਰੇ ਪਿਆਰੇ ਦਰਸ਼ਕਾਂ ਨੂੰ, ਮੇਰੇ ਫਰੈਂਡਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਬਹੁਤ ਸਾਰੇ ਦੋਸਤਾਂ ਨੇ ਬਹੁਤ ਵਾਰੀ ਰਿਕੁਐਸਟ ਕੀਤੀ ਹੈ, ਮੈਨੂੰ ਸੁਜੈਸ਼ਨ ਦਿੱਤਾ ਕਿ ਤੂੰ ਵੀ ਕੋਈ ਨਾ ਕੋਈ ਤੂੰਬੀ ਦੇ ਬਾਰੇ, ਕਿਉਂਕਿ ਮੈਨੂੰ ਬਹੁਤ ਸ਼ੌਕ ਹੈ ਬਚਪਨ ਤੋਂ ਤੂੰਬੀ ਵਜਾਉਣ ਦਾ, ਨਹੀਂ ਤੂੰਬੀ ਬਣਾਉਣ ਦਾ, ਸਾਜ਼ਾਂ ਨੂੰ ਕਿਵੇਂ ਬਣਾਇਆ ਜਾਂਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਹੈ। ਸੋ ਕੈਨੇਡਾ ਵਿੱਚ ਰਹਿ ਕੇ ਲਾਈਫ ਕਾਫੀ ਬਿਜ਼ੀ ਹੈ, ਤੁਸੀਂ ਸਾਰੇ ਜਾਣਦੇ ਹੋ। ਮੇਰੇ ਤੋਂ ਪਹਿਲਾਂ ਬਹੁਤ ਹੀ ਸੂਝਵਾਨ ਅੱਛੇ ਅੱਛੇ ਉਸਤਾਦ ਲੋਕਾਂ ਨੇ ਤੂੰਬੀ ਦੇ ਬਾਰੇ ਦੱਸਿਆ ਸਾਰਾ ਕੁਛ। ਸੋ ਅੱਜ ਮੈਂ ਦੱਸਣਾ ਚਾਹੁੰਦਾ ਤੂੰਬੀ ਦੇ ਬਾਰੇ, ਜਿਹੜੇ ਸਿੱਖਣਾ ਚਾਹੁੰਦੇ ਆ। ਸੋ ਕੈਨੇਡਾ ਵਿੱਚ ਵੀ, ਬਰਾਂਪਟਨ ਦੇ ਵਿੱਚ ਵੀ ਬਹੁਤ ਸਾਰੇ ਸਟੂਡੈਂਟ ਜਿਹੜੇ ਮੇਰੇ ਕੋਲ ਆਉਂਦੇ ਆ, ਸਿੱਖ ਕੇ ਚਲੇ ਜਾਂਦੇ, ਕਈ ਸਿੱਖਦੇ ਆ, ਕਈ ਹੋਰ ਆ ਰਹੇ ਆ। ਸੋ ਕਈਆਂ ਨੇ ਸਾਜ਼ ਘਰੇ ਰੱਖੇ ਹੋਏ, ਉਹਨਾਂ ਨੂੰ ਪਤਾ ਹੀ ਨਹੀਂ ਜਿਹੜਾ ਅੱਛਾ ਸਾਜ਼ ਹੈ ਉਹ ਤੂੰਬੀ ਜਿਹੜੀ ਚੰਗੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸ ਟਾਈਪ ਦੀ ਹੁੰਦੀ ਹੈ। ਸੋ ਮੈਂ ਅੱਜ ਉਹ ਦੱਸਣਾ ਚਾਹੁੰਦਾ। ਕਈ ਵਾਰੀ ਅਸੀਂ ਮੇਲਿਆਂ ਦੇ ਵਿੱਚੋਂ ਆਮ ਦੁਕਾਨਾਂ ਦੇ ਉੱਤੋਂ ਤੂੰਬੀ ਲੈ ਲੈਂਦੇ, ਪਰ ਉਹ ਤੂੰਬੀ ਜਿਹੜੀ ਹੈ ਸੁਰ ਵਿੱਚ ਨਹੀਂ ਹੁੰਦੀ, ਉਹ ਬੇਸੁਰੀ ਹੁੰਦੀ ਹੈ, ਉਹਨੂੰ ਬੇਸੁਰੀ ਕਹਿੰਦੇ ਆ, ਟਾਂਟੀ ਕਹਿੰਦੇ ਆ, ਸੁਰ ਦੇ ਵਿੱਚ ਨਹੀਂ ਹੁੰਦੀ ਉਹ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਸਾਜ਼ ਲੈਣਾ ਹੈ ਉਸ ਸਾਜ਼ ਦਾ ਸੁਰ ਦੇ ਵਿੱਚ ਹੋਣਾ ਬਹੁਤ ਇੱਕ ਜ਼ਰੂਰੀ ਹੈ। ਸੋ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰੇ ਕੋਲ ਜਿਹੜੀਆਂ ਮੈਂ ਆਪ ਤੂੰਬੀਆਂ ਬਣਾਉਣਾ ਬਣਾਈਆਂ ਸੀ ਕੈਨੇਡਾ ਵਿੱਚ ਰਹਿ ਕੇ, ਇੰਡੀਆ 'ਚ ਨਹੀਂ, ਇੱਥੇ ਸਾਰਾ ਕੁਛ ਇਹਨੂੰ ਕਿਵੇਂ ਮੜਨਾ ਤੂੰਬੀ ਨੂੰ, ਸਕਿਨ ਜਿਹੜੀ ਇਹਦੀ ਕਿਸ ਟਾਈਪ ਦੀ ਚਾਹੀਦੀ ਹੈ, ਇਹਦੀ ਲੈਂਥ ਕਿੰਨੀ ਚਾਹੀਦੀ ਹੈ, ਤੂੰਬੀ ਦੀ ਕਿੰਨੀ ਚਾਹੀਦੀ ਹੈ ਅਤੇ ਤੂੰਬੇ ਦੀ ਕਿੰਨੀ ਚਾਹੀਦੀ ਹੈ, ਜਿਹੜੀ ਆਮ ਨੋਰਮਲ ਸਾਈਜ਼ ਡਿਊਟਾਂ ਨਾਲ ਦੁਕਾਨਿਆਂ ਨਾਲ ਵਜਾਈ ਜਾਂਦੀ ਹੈ ਤੂੰਬੀ। ਸਾਡੇ ਸਦੀਕ ਸਾਹਿਬ ਚਮਕੀਲਾ ਜੀ, ਹੋਰ ਕਰਤਾਰ ਰੌਲਾ ਜੀ, ਸਰਦਾਰ ਸੰਧੂ ਸਾਹਿਬ ਪੁਰਾਣੇ ਜਿਹਨੇ ਵੀ ਆਰਟ ਇੰਸਟੀਚਿਊਟ ਗਾਉਣ ਵਾਲੇ ਸੀ, ਉਹ ਤੂੰਬੀ ਯੂਜ ਕਰਦੇ ਸੀ, ਅਤੇ ਉਹ ਕਿਸ ਕਿਸ ਟਾਈਪ ਦੀ ਤੂੰਬੀ ਜਿਹੜੀ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਅੱਜ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ। ਅਤੇ ਬਹੁਤ ਸਾਰਾ ਭਰਮ ਹੁੰਦਾ, ਮੈਂ ਕੁਛ ਨਾ ਕੁਛ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ, ਜਿਨ੍ਹਾਂ ਨੇ ਪਹਿਲਾਂ ਇੰਟਰਵਿਊ ਦਿੱਤੀ ਹੈ ਬਹੁਤ ਅੱਛੀ ਸੀਗੀ, ਉਹਨਾਂ ਤੋਂ ਕੁਛ ਨਾ ਕੁਛ ਵੱਖਰਾ ਦੱਸਣ ਦੀ ਕੋਸ਼ਿਸ਼ ਕਰਦਾ ਕਿ ਆਮ ਤੌਰ 'ਤੇ ਕੀ ਹੁੰਦਾ ਤੂੰਬੀ, ਤੂੰਬਾ, ਤੂੰਬੀ ਜਿਹੜੀ ਵੱਢ ਹੈ ਉਹਨੂੰ ਆਪਾਂ ਕਿਹਾ ਜਾਂਦਾ, ਉਹ ਤੂੰਬਾ ਉਹਨੂੰ ਕਹਿੰਦੇ ਆ ਪਿੰਡਾਂ ਦੇ ਵਿੱਚ, ਇਸ ਕਰਕੇ ਉਹਦਾ ਨਾਂ ਜਿਹੜਾ ਛੋਟਾ ਸਾਈਜ਼ ਆ ਉਹਨੂੰ ਤੂੰਬੀ ਕਿਹਾ ਜਾਂਦਾ, ਜੇ ਵੱਡਾ ਸਾਈਜ਼ ਹੋਵੇ ਜਿਵੇਂ ਆਇਆ ਇਹਨੂੰ ਤੂੰਬਾ ਕਿਹਾ ਜਾਂਦਾ, ਅਤੇ ਜੇ ਛੋਟਾ ਸਾਈਜ਼ ਲਿਆ ਜਾਵੇ ਵੱਡਦਾ ਅਤੇ ਜਿਵੇਂ ਆਹ ਲੈ ਲਓ ਇਹਨੂੰ ਤੂੰਬੀ ਕਿਹਾ ਜਾਂਦਾ, ਇਹਨੂੰ ਤੂੰਬੀ ਕਿਹਾ ਜਾਂਦਾ, ਉਹਨੂੰ ਤੂੰਬਾ। ਅਤੇ ਇੱਕ ਤਾਰਾ, ਸੋ ਇੱਕ ਸਟਰਿੰਗ ਹੈ ਜਿਹੜਾ ਉਹਦੇ ਨਾਲ ਇਹ ਵੱਜਦਾ। ਸੋ ਮੈਂ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਕਿ ਜਿਹੜਾ ਸਾਡੇ ਪੁਰਾਣੇ ਜਿੰਨੇ ਵੀ ਵਜਾਉਣ ਵਾਲੇ ਸੀਗੇ, ਜ਼ਿਆਦਾਤਰ ਪ੍ਰੈਫਰੈਂਸ ਜਿਹੜੀ ਹੈਗੀ ਉਹ ਕਿਸ ਤੂੰਬੀ ਨੂੰ ਦਿੰਦੇ ਆ, ਉਹ ਉਸ ਤੂੰਬੀ ਨੂੰ ਦਿੰਦੇ ਆ ਵੀ ਜਿਹੜੀ ਉਹ ਚੱਕਣ ਵਿੱਚ ਥੋੜ੍ਹੀ ਸਖਾਲੀ ਹੋਵੇ, ਹਲਕੀ ਹੋਵੇ। ਇਹ ਤੂੰਬੇ ਦੀ ਹੈ, ਇਹ ਵੱਡ ਹੈ ਜੀ, ਇਹ ਸਿਰਫ ਹਲਕੀ ਹੈ ਇਸ ਕਰਕੇ, ਅਤੇ ਜਿਹੜਾ ਇਹਦਾ ਸਾਈਜ਼ ਹੈਗਾ ਇਹ ਹੈ ਬ੍ਰਿਜ, ਜਿਹਨੂੰ ਆਪਾਂ ਘੋੜੀ ਕਹਿੰਦੇ ਹਾਂ। ਇਸ ਬ੍ਰਿਜ ਤੋਂ ਲੈ ਕੇ ਇਸ ਐਂਡ ਤੱਕ ਕੀਲੀ ਹੈ ਜਿਹੜੀ, ਇਹਦੇ ਨਾਲ ਅਸੀਂ ਇਹਨੂੰ ਟਾਈਟ ਕਰਦੇ ਹਾਂ ਸੁਰ ਨੂੰ, ਜਿਹੜੀ ਆਮ ਨੋਰਮਲ ਸਾਈਜ਼ ਹੈ ਇਹ 15 ਇੰਚ, 15 ਇੰਚ, 15.5 ਐਂਡ 14 ਇੰਚ ਜਿਹੜਾ ਨੋਰਮਲ ਤੂੰਬੀ ਦਾ ਸਾਈਜ਼ ਹੈ ਇਹ ਹੋਣਾ ਚਾਹੀਦਾ। ਅਤੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਇਹ ਹੈਗੀ ਵੀ ਇਹਦੇ ਵਿੱਚ ਜਿਹੜਾ ਹੈਗਾ ਤੁਹਾਡੀ ਜਿਹੜੀਆਂ ਫਿੰਗਰਾਂ ਤੁਸੀਂ ਪਾਉਣੀਆਂ, ਉਹ ਫਿੰਗਰਾਂ ਜਿਹੜੀਆਂ ਇਹ ਸਟ੍ਰਿੰਗ ਦੇ ਨਾਲ ਇੱਦਾਂ ਕਿੱਦਾਂ ਟੱਚ ਕਰਦੀ ਹੈ, ਇਹਦੀ ਕੋਈ ਸਾਊਂਡ ਨਹੀਂ ਆਉਂਦੀ, ਟੱਚ ਨਹੀਂ ਹੋਣੀਆਂ ਚਾਹੀਦੀਆਂ, ਇਹਦੇ ਹਿਸਾਬ ਨਾਲ ਇਹਨੂੰ ਮੈਨੂਫੈਕਚਰ ਕੀਤਾ ਜਾਣਾ ਚਾਹੀਦਾ। ਅਤੇ ਆਹ ਜਿਹੜਾ ਬ੍ਰਿਜ ਹੈ, ਘੋੜੀ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਕਈ ਟਾਈਪ ਦੀ ਹੁੰਦੀ ਹੈ, ਇਹਨੂੰ ਤੁਸੀਂ ਲੱਕੜ ਦੀ ਵੀ ਬਣਾ ਸਕਦੇ ਹਾਂ, ਇਹਨੂੰ ਪੈਸੇ ਦੀ ਵੀ ਬਣਾ ਸਕਦੇ ਹਾਂ, ਪੈਸੇ ਨੂੰ ਕੱਟ ਕਰਕੇ ਰਗੜ ਕੇ, ਅਤੇ ਇੱਕ ਮਿੱਟੀ ਦਾ ਘੜਾ ਜਿਹੜਾ ਹੈ ਉਹਨੂੰ ਵੀ ਰਗੜ ਕੇ ਤੁਸੀਂ ਬਣਾ ਸਕਦੇ ਹੋ। ਇੱਥੇ ਕੈਨੇਡਾ 'ਚ ਮੈਂ ਰਹਿੰਦਾ ਅਤੇ ਮਿੱਟੀ ਵੀ ਨਹੀਂ ਮਿਲਦੀ, ਅਤੇ ਇੰਡੀਆ ਦੇ ਪੈਸੇ ਜਿਹੜੇ ਉਹ ਵੀ ਨਹੀਂ ਇੱਥੇ ਮਿਲਦੇ। ਸੋ ਮੈਂ ਇਹਨੂੰ ਜਿਹੜਾ ਕਿਸ ਚੀਜ਼ ਦੀ ਬਣਾਇਆ, ਆਵਾਜ਼ ਇੱਥੇ ਦੀ ਕਿਵੇਂ ਆਉਂਦੀ ਹੈ, ਬੈਕਾ ਲਾਈਟ ਦੀ ਹੈਗੀ ਹੈ, ਇਹ ਪਲਾਸਟਿਕ ਦੀ ਬਣਾਈ ਹੋਈ ਹੈ, ਹਾਰਡ ਪਲਾਸਟਿਕ ਲੈ ਕੇ ਇਹਨੂੰ ਬਣਾਇਆ ਤਾ ਮੈਂ। ਆਹ ਤੁਸੀਂ ਦੇਖਦੇ ਹੋ ਮਾਂ ਕੀ ਲਾਇਆ ਹੋਇਆ, ਇਹਦੇ ਨਾਲ ਤੁਸੀਂ ਮਾਈਕਰੋਫੋਨ ਲਾ ਸਕਦੇ ਹਾਂ। ਸੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਦੀ ਆਵਾਜ਼ ਦੇ ਵਿੱਚ ਕੀ ਡਿਫਰੈਂਸ ਹੈਗਾ। ਇਹ ਜਿਹੜੀ ਹੈਗੀ ਹੈ ਵੱਡ ਦੀ ਬਣੀ ਹੋਈ ਹੁੰਦੀ ਹੈ। ਸੋ ਸਾਈ ਤੁਹਾਨੂੰ ਇਹਦਾ ਦੱਸ ਦਿੱਤਾ ਹੈ ਬਣਾਉਣ ਦਾ ਜਿਹੜਾ ਹੈਗਾ, ਆਹ ਵੱਡ ਲੈ ਕੇ
ਤੇ ਜਿਹੜਾ ਸਾਈਜ਼ ਜਿਹੜਾ ਬਹੁਤ ਨਾ ਵੱਡਾ ਹੋਵੇ ਨਾ ਛੋਟਾ ਹੋਵੇ, ਇਹ ਡਿਊਟਾਂ ਵਾਸਤੇ ਹੈ। ਸੋ ਇਹਨੂੰ ਸਕਿੰਦੇ ਨਾਲ ਇਹਨੂੰ ਵੜਿਆ ਜਾ ਸਕਦਾ। ਇੱਕ ਵਨ ਸਪਰਿੰਗ ਪਾ ਕੇ ਇਹਨੂੰ 15 ਇੰਚ ਜਿਹੜਾ ਸਾਈਜ਼ ਜਿਹੜਾ 14 to 15 ਇੰਚ ਇਹਦਾ ਸਾਈਜ਼ ਜਿਹੜਾ ਨੋਰਮਲ ਹੁੰਦਾ, ਜਿਵੇਂ ਕਿ ਅਸੀਂ ਆਵਾਂ ਦੇਖਦੇ ਹਾਂ ਵੀ ਇਹਦਾ ਸਾਈਜ਼ ਕਿਵੇਂ ਮਿਲਿਆ ਜਾਵੇ। ਮੰਡੋਲੀਅਨ ਹੈ, ਸੋ ਜਿਹੜਾ ਮੰਡੋਲੀਅਨ ਦਾ ਜਿਹੜਾ ਸਾਈਜ਼ ਹੈ, ਆਮ ਜਿਹੜਾ ਰੈਗੂਲਰ ਮੰਡੋਲੀਅਨ ਹੈਗਾ, ਇਹਦਾ ਜਿਹੜਾ ਸਾਈਜ਼ ਹੈਗਾ ਇਸ ਬ੍ਰਿਜ ਤੋਂ ਲੈ ਕੇ ਇੱਥੇ ਤੱਕ ਜਿੱਥੋਂ ਸੁਰ ਅਸੀਂ ਬਣਾਉਣੇ ਹੈਗੇ ਆ, ਇੱਥੋਂ ਤੱਕ ਇਹਦਾ 14 ਇੰਚ ਦਾ ਜਿਹੜਾ ਇਹਦਾ ਸਾਈਜ਼ ਮੰਡੋਲੀਅਨ ਦਾ ਹੁੰਦਾ। ਸੋ ਇਹਦੇ ਨਾਲ ਸਾਡੇ ਕੋਲ ਇੱਕ ਹੋਰ ਵੀ ਬਹੁਤ ਪਿਆਰਾ ਸਾਜ਼ ਪਿਆ ਹੈ ਜਿਹੜਾ ਵਾਇਲਨ ਹੈ। ਆਹ ਜਿਹੜਾ ਸਾਜ਼ ਹੈ ਮੇਰੇ ਕੋਲ ਵਾਇਲਨ ਹੈ, ਜਿਹੜਾ ਇਹਦਾ ਇਸ ਬ੍ਰਿਜ ਤੋਂ ਲੈ ਕੇ ਇੱਥੋਂ ਜਿੱਥੋਂ ਸੁਰ ਬਣਦੇ ਹੈਗੇ ਆ, ਇਹਦਾ ਜਿਹੜਾ ਸਾਈਜ਼ ਹੈਗਾ 13 ਇੰਚ ਹੁੰਦਾ। ਸੋ ਤੁਸੀਂ 13 ਵੀ ਰੱਖ ਸਕਦੇ ਆ, 14 ਵੀ ਰੱਖ ਸਕਦੇ ਆ, 15 ਵੀ ਰੱਖਿਆ ਜਾ ਸਕਦਾ। ਸੋ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਵੀ ਕਈ ਵਾਰੀ ਸਾਨੂੰ ਅਸੀਂ ਚਾਹੁੰਦੇ ਵੀ ਵੱਡ ਹੀ ਚਾਹੀਦੀ, ਅੱਜ ਕੱਲ੍ਹ ਵੱਡਾ ਮਿਲਦੀਆਂ ਨੇ ਜਾਂ ਪ੍ਰੋਪਰ ਉਹ ਸਾਈਜ਼ ਨਹੀਂ ਮਿਲਦਾ, ਉਹ ਕੋਈ ਜ਼ਰੂਰੀ ਨਹੀਂ ਹੈ ਵੀ ਸਾਨੂੰ ਵੱਡ ਹੀ ਚਾਹੀਦੀ ਹੈ, ਵੱਡ ਤੋਂ ਬਿਨਾਂ ਤੁੰਬੇ ਤੋਂ ਬਿਨਾਂ। ਤੇ ਆਹ ਜਿਵੇਂ ਹੁਣ ਤੁੰਬੀ ਆਪ ਤਿਆਰ ਕੀਤੀ ਹੋਈ ਹੈ, ਇਹਦਾ ਜਿਹੜਾ ਨੋਰਮਲ ਸਾਈਜ਼ ਹੈਗਾ ਤੁਸੀਂ ਦੇਖਦੇ ਇਹ ਹਾਈ ਪਿੱਚ ਤੇ ਹੈ, ਪੰਚਮ ਤੇ ਜਿਹੜਾ ਹੈਗਾ, ਤੀਜੇ ਕਾਲੇ ਚੌਥੇ ਕਾਲੇ ਤੇ ਨੋਰਮਲ ਜਿਹੜੀ ਆਮ ਇਹ ਜੀ ਸ਼ਾਰਪ ਦੇ ਉੱਤੇ ਇਹ ਲੱਗ ਜਾਂਦੀ ਹੈਗੀ ਆ। ਸੋ ਆਹ ਦੇਖ ਲਓ, ਦੇਖ ਰਹੇ ਤੁਸੀਂ ਟੋਨ ਇਹਦੀ ਕਿੰਨੀ ਪਿਆਰੀ ਟੋਨ ਹੈ, ਇਹ ਨਾਰੀਅਲ ਦੀ ਬਣੀ ਹੋਈ ਹੈ। ਸੋ ਇਸ ਬ੍ਰਿਜ ਤੋਂ ਲੈ ਕੇ ਇਸ ਤੀਲੀ ਦੇ ਤੱਕ ਜਿਹੜਾ ਇਹਦਾ ਸਾਈਜ਼ ਹੈਗਾ ਇਹ 12 ਇੰਚ ਹੈਗਾ। ਸੋ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਵੀ ਬਹੁਤ ਸਾਰੇ ਸਾਡੇ ਪਹਿਲਾਂ ਵੀ ਦੱਸਣ ਵਾਲਿਆਂ ਨੇ ਦੱਸਿਆ ਆਪਣੇ ਹਿਸਾਬ ਦੇ ਨਾਲ ਕਿ ਵੱਡ ਹੀ ਚਾਹੀਦੀ ਹੈ ਜਾਂ ਇਹ 'ਚ ਵੱਡ ਸਿਰਫ ਹਲਕੀ ਹੈ, ਉਹ ਵਜਾਉਣ ਵਾਸਤੇ ਥੋੜ੍ਹੀ ਜਿਹੀ ਸੌਖੀ ਲੱਗਦੀ, ਤੁਸੀਂ ਲੌਂਗ ਟਾਈਮ ਲਈ 2-3 ਘੰਟੇ ਗਾਉਣਾ ਹੈ ਅਤੇ ਉਹ ਜਿਹੜੀ ਤੁੰਬੀ ਹੈ ਹਲਕੀ ਹੋਵੇ ਤਾਂ ਵਧੀਆ। ਆਹ ਦੇਖੋ ਮੈਂ ਤੁੰਬੀ ਸਟੀਲ ਦੀ ਬਣਾਈ ਹੈ, ਤੁਸੀਂ ਸੇਮ ਸੁਰ 'ਤੇ ਲੱਗੀ ਹੋਈ ਹੈ, ਇਹ ਆਪ ਮੈਂ ਮੈਨੂਫੈਕਚਰ ਕੀਤਾ, ਇਹ ਸਟੀਲ ਹੈ, ਇਹਨੂੰ ਆਪ ਮੈਂ ਬੜਿਆ ਅਤੇ ਆਹ ਸਾਰਾ ਜਿਹੜਾ ਸਟੇਕੇ ਦੇ ਵਿੱਚ ਪਾਇਆ। ਇਹ ਜਿਹੜੀ ਤੁੰਬੀ ਹੈ ਇਹ ਸਟੀਲ ਦੀ ਹੈ। ਉਸ ਤੋਂ ਬਾਅਦ ਸਾਈਜ਼ ਥੋੜ੍ਹਾ ਜਿਹਾ ਵੱਡਾ ਹੋਣਾ ਸ਼ੁਰੂ ਹੋ ਗਿਆ, ਵੱਡ ਦਾ ਵੱਡਾ ਸਾਈਜ਼। ਆਹ ਜਿਹੜਾ ਹੈ ਇਹ ਤੁੰਬਾ, ਤੁੰਬਾ ਜਿਹੜਾ ਹੈ ਅੱਜ ਇਹਦੇ ਵਿੱਚ ਜਿਹੜਾ ਮੈਂ ਘੋੜੀ ਹੈ ਬ੍ਰਿਜ ਜਿਹੜਾ ਵਰਤਿਆ ਉਹ ਹਾਰਡ ਲੱਕੜ ਦਾ ਹੈ, ਠੀਕ ਹੈ ਜੀ। ਇਹ ਵੀ ਜਿਹੜੀ ਸਪੈਸ਼ਲ ਹਾਰਡ ਲੱਕੜ ਹੈ ਇਹਨੂੰ ਗ੍ਰਾਇੰਡ ਕੀਤਾ ਹੋਇਆ, ਇਹਨੂੰ ਡਿਜ਼ਾਇਨ ਤੁਸੀਂ ਇਹਦੇ ਹਿਸਾਬ ਨਾਲ ਜਿੱਦਾਂ ਵੀ ਚੰਗਾ ਲੱਗਦਾ ਇਹਨੂੰ ਆਪ ਤੁਸੀਂ ਬਣਾ ਸਕਦੇ ਹੈ। ਵੁੱਡ ਲੇਥ ਲੈ ਕੇ ਖਰਾਦ ਕਰਨ ਵਾਲੀ ਜਿਹੜੀ ਇਹਨੂੰ ਸੈਂਡ ਕਰਕੇ ਬਣਾ ਸਕਦੇ ਹਾਂ। ਇਹ ਵੱਡਾ ਤੁੰਬਾ, ਇਹਦੇ ਨਾਲ ਨਾਲ ਮੈਂ ਹੋਰ ਦੱਸਣਾ ਚਾਹੁੰਦਾ, ਮੈਂ ਕਰਦਾ ਰਹਿੰਦਾ ਕੋਈ ਨਾ ਕੋਈ ਪ੍ਰੈਕਟੀਕਲ। ਸੋ ਇੱਕ ਮੈਂ ਹੋਰ ਤੁੰਬਾ ਤਿਆਰ ਕੀਤਾ, ਨਾ ਨਾਰੀਅਲ ਵਰਤਿਆ, ਨਾ ਬਿੱਲ ਵਰਤੀ, ਨਾ ਤੁੰਬਾ ਵਰਤਿਆ, ਨਾ ਵੱਡ ਵਰਤੀ, ਨਾ ਕੁਛ ਹੋਰ ਵਰਤਿਆ। ਮੈਂ ਇੱਕ ਆਮ ਹੀ ਡੱਬੇ ਨੂੰ ਜਿਹੜਾ ਹੈ ਮੜ ਕੇ ਉਹਨੂੰ ਇਹ ਸਕਿਨ ਲੈ ਕੇ ਇਹਦੇ 'ਤੇ ਸਕਿਨ ਜਿਹੜੀ ਹੈ ਸਪੈਸ਼ਲ ਇਹ ਵਰਤੀ ਜਾਂਦੀ ਹੈ, ਬਹੁਤ ਪਤਲੀ ਥਿਨ ਸਕਿਨ ਹੋਣੀ ਚਾਹੀਦੀ ਹੈ। ਅਤੇ ਆਹ ਦੇਖੋ ਵੀ ਤੁੰਬਾ, ਡੱਬੇ ਦਾ ਬਣਾਇਆ ਹੋਇਆ ਡੱਬਾ ਤੁਸੀਂ ਦੇਖਦੇ ਹੀ ਆ, ਦੇਖ ਲਓ ਨਾ ਇਹ ਬਿੱਲ ਹੈ, ਨਾ ਨਾਰੀਅਲ ਹੈ, ਨਾ ਤੁੰਬਾ, ਇਹਦੀ ਟੋਨ ਵੀ ਤੁਸੀਂ ਦੇਖ ਲਈ ਹੈ। ਤੇ ਹੁਣ ਉਸ ਤੋਂ ਬਾਅਦ ਵੱਡਾ ਤੁੰਬਾ ਆ ਜਾਵੇ, ਇਹ ਵੱਡ ਦਾ ਤੁੰਬਾ ਜੀ, ਵੱਡ ਦਾ ਵੱਡਾ ਸਾਈਜ਼ ਜਿਹੜਾ ਉਹਦਾ ਤੁੰਬਾ।